खबर है बठिंडा तो जिथों के सबका विधायक ते बीजेपी के जिला प्रधान सरूप चंद सिंगला नू एक विदेशी नंबर तो कॉल आती है ते इस कॉल के जरिए सरूप चंद सिंगला नू जान तो मारन की धमकी दी गई। ਅਗਲਾ ਸਟੈਪ ਅਸੀਂ ਦੇਖਦੇ ਹਾਂ ਸਰਕਾਰ ਕੁਝ ਕਰਦੀ ਹੈ ਤਾਂ ਠੀਕ ਹੈ ਨਹੀਂ ਉਦੋਂ ਬਾਅਦ ਦੇ ਵਿੱਚ ਫਿਰ ਜਿਹੜੀ ਮੀਟਿੰਗ ਹੋਣੀ ਹੈ ਉਹ 'ਚ ਜਾਓਗੇ ਪਾਰਟਿਸਪੇਟ ਕਰੋਗੇ? ਦੇਖੋ ਕੰਮ ਕਰਦੇ ਆ ਕੀਤਾ ਹੈ ਕਰਾਂਗੇ ਕਰਦੇ ਰਵਾਂਗੇ ਮੀਟਿੰਗ ਜਾਵਾਂਗੇ ਬਿਲਕੁਲ ਨਹੀਂ ਅਸੀਂ ਛੱਡਾਂਗੇ ਪਰ ਜਿਹੜੀ ਗਈ ਆਪਦੀ ਕਿਰਿਆ ਕੰਮ ਕਰਨਾ ਹੈ। ਇਹ ਨੇ ਬਠਿੰਡਾ ਤੋਂ ਸਾਬਕਾ ਵਿਧਾਇਕ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਜਿਨ੍ਹਾਂ ਨੂੰ ਵਟਸਐਪ ਕਾਲ ਰਾਹੀਂ ਕਿਸੇ ਸ਼ਖਸ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸਰੂਪ ਚੰਦ ਨੂੰ ਇੱਕੋ ਨੰਬਰ ਤੋਂ ਦੋ ਵਾਰ ਇਹ ਧਮਕੀ ਭਰੀ ਕਾਲ ਆਈ ਹੈ। ਕਾਲ ਕਰਨ ਵਾਲੇ ਨੇ ਧਮਕੀ ਦਿੱਤੀ ਹੈ ਕਿ ਜੇਕਰ ਸਰੂਪ ਚੰਦ ਨੇ ਅੰਮ੍ਰਿਤਸਰ 'ਚ 22 ਜਨਵਰੀ ਨੂੰ ਹੋਣ ਵਾਲੀ ਮੀਟਿੰਗ 'ਚ ਸ਼ਾਮਿਲ ਹੋਣਾ ਤਾਂ ਉਹ ਆਪਣੇ ਪਰਿਵਾਰ ਨੂੰ ਆਖਰੀ ਵਾਰ ਮਿਲ ਕੇ ਜਾਵੇ। ਉਹਦੇ ਹਿੰਦੂ ਸਿੱਖ ਸਾਰੀ ਕਰੀ ਜਾਂਦੇ ਆ। ਤੁਸੀਂ ਗਲਤ ਕੰਮ ਕਰਦੇ ਹੋ ਤੇ ਨਹੀਂ ਕਰਦੇ, ਅਸੀਂ ਬਹੁਤ ਗਲਤ ਕੰਮ ਕਰਦੇ ਆ। ਜਿਹੜਾ 22 ਜਨਵਰੀ ਨੂੰ ਤੂੰ ਅੰਮ੍ਰਿਤਸਰ ਜਾਣਾ ਨਾ, ਇੱਕ ਬੋਡੀ ਗਾਰਡ, ਇੱਕ ਆਪਦੇ ਗਨਮੈਨ ਤੇ ਇੱਕ ਆਪਦੇ ਡਰਾਈਵਰ ਨੂੰ ਲੈ ਕੇ ਇਹਨੂੰ 737 ਨੰਬਰ ਇਨੋਵਾ ਕ੍ਰਿਸਟਾ ਜਾਣਾ ਚਿੱਟੇ ਚਿੱਟੇ ਨਗਦੀ 'ਚ ਤੇ ਆਪਦਾ ਇੰਤਜ਼ਾਮ ਕਰਕੇ ਦਿੰਦੀ ਆ ਉੱਥੇ ਘਰੇ ਮਿਲ ਕੇ ਨਹੀਂ। ਕਿਉਂਕਿ ਤੈਨੂੰ ਪਹਿਲਾਂ ਜੀ ਸਿੰਗਲਾ ਜੀ ਕਹਿ ਕੇ ਗੱਲ ਕੀਤੀ ਮੇਰੇ ਯਾਰ ਨਾਲ 20 ਦਿਨ ਪਹਿਲਾਂ। ਧਮਕੀ ਦੇਣ ਵਾਲੇ ਨੇ ਸੁਧੀਰ ਸੂਰੀ ਦੇ ਕਤਲ ਦਾ ਜ਼ਿਕਰ ਕਰਕੇ ਸਰੂਪ ਚੰਦ ਸਿੰਗਲਾ ਨੂੰ ਧਮਕਾਇਆ। ਮੈਂ ਇਹ ਯਾਦ ਕਰਾਉਣਾ ਵੀ ਸੂਰੀ ਬਹੁਤ ਕੁਝ ਲੈ ਕੇ ਤੁਰਦਾ ਸੀ ਹਿੰਦੂਆਂ ਦੇ ਨਾਲ ਤੇ ਸਾਡੇ ਸ਼ੇਰ ਭਰਾ ਨੇ ਤੈਨੂੰ ਪਤਾ ਨਾ ਕੀ ਹਾਲ ਕੀਤਾ ਉਹਦਾ। ਚਲੋ ਬਾਈ ਜੀ, ਕੋਈ ਨੀ, ਮਾਲਕ ਨੇ ਜੋ ਕਰਨਾ। ਇਸ ਸਭ ਦਰਮਿਆਨ ਸਰੂਪ ਚੰਦ ਸਿੰਗਲਾ ਨੇ ਸੂਬਾ ਸਰਕਾਰ ਤੋਂ ਇਸ ਪੂਰੇ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ 22 ਜਨਵਰੀ ਨੂੰ ਹਰ ਹਾਲ ਅੰਮ੍ਰਿਤਸਰ 'ਚ ਭਾਜਪਾ ਦੀ ਮੀਟਿੰਗ 'ਚ ਸ਼ਾਮਿਲ ਹੋਣ ਦੀ ਗੱਲ ਆਖੀ ਹੈ। WhatsApp ਕਾਲ ਆਈ ਹੈ, WhatsApp ਦੀ ਮੈਂ ਵੀਡੀਓ ਬਣਾਈ ਹੈ। ਸਰ ਅਗਲਾ ਸਟੈਪ ਕੀ ਹੈ? ਅਗਲਾ ਸਟੈਪ ਅਸੀਂ ਦੇਖਦੇ ਹਾਂ ਸਰਕਾਰ ਕੁਝ ਕਰਦੀ ਹੈ ਤਾਂ ਠੀਕ ਹੈ ਨਹੀਂ ਉਦੋਂ ਬਾਅਦ ਦੇ ਵਿੱਚ ਫਿਰ ਜਿਹੜੀ ਮੀਟਿੰਗ ਹੋਣੀ ਹੈ ਉਹ 'ਚ ਜਾਓਗੇ ਪਾਰਟਿਸਪੇਟ ਕਰੋਗੇ? ਦੇਖੋ ਕੰਮ ਕਰਦੇ ਆ ਕੀਤਾ ਹੈ ਕਰਾਂਗੇ ਕਰਦੇ ਰਵਾਂਗੇ ਮੀਟਿੰਗ ਜਾਵਾਂਗੇ ਬਿਲਕੁਲ ਨਹੀਂ ਅਸੀਂ ਛੱਡਾਂਗੇ ਪਰ ਜਿਹੜੀ ਗਈ ਆਪਦੀ ਕਿਰਿਆ ਕੰਮ ਕਰਨਾ ਹੈ ਉਹਦੇ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ। ਅਸੀਂ ਪਰਮਾਤਮਾ ਦੇ ਵਿਸ਼ਵਾਸ ਰੱਖਣ ਵਾਲੇ ਬੰਦੇ ਹਾਂ। ਇੱਕ ਸਾਬਕਾ ਮੰਤਰੀ ਨੂੰ ਇਸ ਤਰ੍ਹਾਂ ਜਾਨੋ ਮਾਰਨ ਦੀ ਧਮਕੀ ਮਿਲਣਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਪੂਰੇ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ। ਤਾਂ ਪੁਲਿਸ ਤਾਂ ਇਹ ਵੀ ਘੋਖ ਕਰਨ ਦੇ ਵਿੱਚ ਲੱਗੀ ਹੋਈ ਹੈ ਕਿ ਇਹ ਸ਼ਰਾਰਤੀ ਅੰਸਰ ਦਾ ਕੰਮ ਤਾਂ ਨਹੀਂ। ਖੈਰ, ਵਿਦੇਸ਼ੀ ਨੰਬਰ ਤੋਂ ਕਾਲ ਆਈ ਹੈ ਤਾਂ ਸਵਾਲ ਜ਼ਰੂਰ ਉੱਠਦੇ ਨੇ ਔਰ ਇੱਥੋਂ ਤੱਕ ਕਿ ਗੱਡੀ ਦਾ ਨੰਬਰ ਵੀ ਉਸ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਇਸ ਗੱਡੀ ਦੇ ਵਿੱਚ ਹੀ ਤੂੰ ਜਾਣਾ ਹੈ।